ਭਾਉ ਜੀ ਮਿੰਟ ਦੱਸ ਦੇ ਦੋ ਮਾੜਾ ਲਾਈਵ ਹੋਣ ਲੱਗਾ ਇੱਥੇ ਲਈ ਫਿਰ ਆਪਾਂ ਕਰਦੇ ਹਾਂ ਫੋਟੋ ਮਿੰਟ ਦੱਸ ਦੇ ਦੋ ਮਾੜਾ ਮਾੜਾ ਲਾਈਵ ਹੋ ਗਿਆ ਮੈਂ ਕਰਾਉਣਾ ਕਰਾਉਣਾ ਫੋਟੋ ਕਰਾ ਕੇ ਜਾਵਾਂਗੇ ਠੀਕ ਆ ਹੋ ਗਈ ਲਾਈਵ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬਹੁਤ ਸਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਜਿਵੇਂ ਕਿ ਆਪਾਂ ਦੱਸਿਆ ਹੋਇਆ ਕੱਲ ਨੂੰ ਸਰਦਾਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦਾ ਜਨਮ ਦਿਨ ਆ ਤੇ ਜਨਮ ਦਿਨ ਦੇ ਉੱਤੇ ਜਿੱਦਾਂ ਕਿ ਪੰਜਾਬ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਜਿਹੜੇ ਆ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਆ ਇਹਨਾਂ ਕਾਲੇ ਜਿਹੜੇ ਬਿੱਲ ਇਹਨਾਂ ਨੇ ਵਿਰੋਧ ਬਿੱਲ ਦੇ ਵਿਰੋਧ ਦੇ ਵਿੱਚ ਜਿਹੜੇ ਕਾਲੇ ਬਿੱਲ ਪਾਸ ਕੀਤੇ ਆ ਕਿਸਾਨ ਦੇ ਕਿਸਾਨ ਦੀ ਜਿਹੜੀ ਆ ਮਿਹਨਤ ਨੂੰ ਕਿਸਾਨੀ ਨੂੰ ਖਤਮ ਕਰਨ ਲਈ ਪੰਜਾਬ ਹਰਿਆਣਾ ਦੇ ਵਿੱਚ ਔਰ ਪਿਛਲੇ ਕਾਫੀ ਦਿਨਾਂ ਤੋਂ ਜਿੱਦਾਂ ਆਪਾਂ ਦੇਖਿਆ 25 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਚੱਕਾ ਜਾਮ ਹੋਇਆ ਜਿਵੇਂ ਸ਼ੰਭੂ ਬਾਰਡਰ ਤੇ ਸਾਡੇ ਵੀਰਾਂ ਨੇ ਇੰਨੇ ਵੱਡੇ ਲੈਵਲ ਤੇ ਇਕੱਠ ਕੀਤਾ ਅਸੀਂ ਨਾਭੇ ਦੇ ਵਿੱਚ ਸੀ ਜਾਂ ਮਾਨਸੇ ਦੇ ਵਿੱਚ ਸੀ ਜਾਂ ਪੰਜਾਬ ਦੇ ਵਿੱਚ ਹਰ ਜਗ੍ਹਾ ਜਿੱਥੇ ਵੀ ਇਹ ਸੰਘਰਸ਼ ਜਿਹੜਾ ਚੱਲ ਰਿਹਾ ਆ ਪਹਿਲੀ ਗੱਲ ਤਾਂ ਇਹ ਕਿ ਕਲਾਕਾਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਗਰਾਊਂਡ ਲੈਵਲ ਤੇ ਆ ਕੇ ਇਸ ਮੁਹਿੰਮ ਦੇ ਨਾਲ ਜੁੜੇ ਆ ਭਾਵੇਂ ਉਹ ਫੀਮੇਲ ਆਰਟਿਸਟ ਆ ਭਾਵੇਂ ਉਹ ਫਿਲਮਾਂ ਦੇ ਆਰਟਿਸਟ ਆ ਭਾਵੇਂ ਉਹ ਸਿੰਗਰ ਆ ਸਾਰਿਆਂ ਭਰਾਵਾਂ ਦਾ ਬਹੁਤ ਧੰਨਵਾਦ ਇਸ ਟਾਈਮ ਇਕਜੁੱਟ ਹੋਣ ਦਾ ਵੇਲਾ ਆ ਵੀਰੋ ਇਸ ਟਾਈਮ ਕੋਈ ਕਿਸੇ ਦੀ ਵਾਹਵਾ ਦਾ ਜਾਂ ਕਿਸੇ ਦੇ ਨਾਲ ਨਫ਼ਰਤ ਰੱਖਣ ਦਾ ਟਾਈਮ ਨਹੀਂ ਆ ਵੀ ਫਲਾਣੇ ਨੇ ਕੀ ਕਰਤਾ ਜਾਂ ਧਮਕਾਣੇ ਨੇ ਕੀ ਕਰਤਾ ਕਿਉਂਕਿ ਮਸਲਾ ਹੀ ਪੰਜਾਬ ਸਾਰੇ ਸਾਂਝੇ ਦਾ ਜੇ ਪੰਜਾਬ ਦੇ ਵਿੱਚ ਇਹ ਬਿੱਲ ਇਸ ਟਾਈਮ ਪਾਸ ਹੋ ਗਿਆ ਤਾਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਆ ਜਾਂ ਫਸਲਾਂ ਆ ਜਿਹੜੀਆਂ ਇਹ ਸੁਪਨੇ ਹੋ ਕੇ ਰਹਿ ਜਾਣੇ ਸਾਡੀ ਪੀੜ੍ਹੀ ਨੇ ਸਾਨੂੰ ਸਵਾਲ ਕਰਨਾ ਵੀ ਕੀ ਟਾਈਮ ਸੀ ਜਾਂ ਤੁਸੀਂ ਉਦੋਂ ਕਿੱਥੇ ਸੀ ਜਦੋਂ ਇਹ ਬਿੱਲ ਪਾਸ ਹੁੰਦੇ ਸੀ ਸੋ ਕੱਲ੍ਹ ਨੂੰ 28 ਸਤੰਬਰ ਯਾਨੀ ਕਿ ਭਗਤ ਸਿੰਘ ਹੋਣਾ ਦੇ ਜਨਮ ਦਿਨ ਤੇ ਅਸੀਂ ਬਟਾਲੇ ਵਿਖੇ ਸਾਡਾ ਗੁਰਦਾਸਪੁਰ ਜਿਹੜਾ ਜ਼ਿਲ੍ਹਾ ਆ ਪੰਜਾਬ ਦਾ ਜਿੱਦਾਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਅਸੀਂ ਪਹੁੰਚੇ ਹਾਂ ਇੱਧਰ ਸਾਡੇ ਥੋੜ੍ਹਾ ਜਿਹਾ ਜਿਹੜਾ ਆ ਲਹਿਰ ਦਾ ਰੂਪ ਜਿਹੜਾ ਠੰਡਾ ਆ ਕਿਉਂਕਿ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਆ ਕੱਲ੍ਹ ਨੂੰ ਅਸੀਂ ਜਿਹੜਾ VMS ਕਾਲਜ ਆ ਜਿਹੜਾ ਮੇਨ ਹਾਈਵੇ ਆ ਅੰਮ੍ਰਿਤਸਰ ਪਠਾਨਕੋਟ ਵਾਲਾ ਉਹਦੇ ਉੱਤੇ VMS ਕਾਲਜ ਸਾਰਿਆਂ ਨੂੰ ਪਤਾ ਇੱਥੇ ਉਸ ਬਾਈਪਾਸ ਤੇ ਅਸੀਂ ਇਸ ਜਗ੍ਹਾ ਤੇ ਇਸ ਟਾਈਮ ਲਾਈਵ ਹਾਂ ਮੈਂ ਹਣੀ ਇੱਕ ਵਾਰੀ ਇੱਧਰ ਨੂੰ ਮਾੜਾ ਜਿਹਾ ਦਿਖਾ ਦੇ ਇੱਥੇ ਅਸੀਂ ਕੱਲ੍ਹ ਨੂੰ ਜਿਹੜਾ ਆ ਲਾਈਵ ਜਿਹੜਾ ਪ੍ਰੋਟੈਸਟ ਕਰਾਂਗੇ ਔਰ ਪੰਜਾਬ ਦੇ ਸਾਰੇ ਉਹ ਕਿਸਾਨ ਕਲਾਕਾਰ ਭਰਾ ਪਹੁੰਚ ਰਹੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਆਪ ਮੇਰਿਆਂ ਵੀਰਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਅਸੀਂ ਸਾਰੇ ਆਵਾਂਗੇ ਹਾਲਾਂਕਿ ਮੈਨੂੰ ਥੋੜ੍ਹਾ ਜਿਹਾ ਸੀਗਾ ਝਿਜਕ ਸੀਗੀ ਵੀ ਪਤਾ ਨਹੀਂ ਕੋਈ ਇਹ ਨਾ ਕਵੇ ਵੀ ਇਹਦਾ ਪਰਸਨਲ ਆ ਪਰ ਮੇਰਾ ਇਹ ਵੀਰੇ ਕੋਈ ਪਰਸਨਲ ਨਹੀਂ ਕਿਉਂਕਿ ਮੈਨੂੰ ਐਂ ਆ ਕਿ ਪੰਜਾਬ ਦੇ ਹਰ ਕੋਨੇ 'ਚ ਹਰ ਕਿਸਾਨ ਦੇ ਪੁੱਤਰ ਹਰ ਉਸ ਸ਼ਖਸ ਤੱਕ ਗੱਲ ਜਾਣੀ ਚਾਹੀਦੀ ਆ ਜਿਹੜਾ ਆਪਣੇ ਘਰੇ ਰੋਟੀ ਖਾਂਦਾ ਉਹ ਵੀ ਕਿਸਾਨ ਆ ਜਿਹਦੇ ਮੂੰਹ 'ਚ ਰੋਟੀ ਦੀ ਬੁਰਕੀ ਪੈਂਦੀ ਆ ਸਮਝ ਲਓ ਕਿਸਾਨ ਹੀ ਆ ਜਾਂ ਉਹ ਕਿਸਾਨ ਦਾ ਦੇਣਦਾਰ ਆ ਸੋ ਮੈਂ ਚਾਹੂੰਗਾ ਕਿ ਸਾਰੇ ਇਸ ਦਰਦ ਨੂੰ ਸਮਝਦੇ ਆ ਭਾਵੇਂ ਉਹ ਦੁਕਾਨਦਾਰ ਆ ਭਾਵੇਂ ਉਹ ਕੋਈ ਇੰਡਸਟਰੀਲਿਸਟ ਆ ਜਾਂ ਦੂਜੇ ਤੀਜੇ ਜਿਹੜੇ ਵੀ ਲੋਕ ਔਰ ਖਾਸ ਕਰਕੇ ਬਜ਼ੁਰਗਾਂ ਨੂੰ ਜ਼ਰੂਰ ਲੈ ਕੇ ਆਇਓ ਆਪਣੇ ਪਿੰਡਾਂ 'ਚੋਂ ਗੁਰਦਾਸਪੁਰ ਅੰਮ੍ਰਿਤਸਰ ਜਿਹੜਾ ਇਲਾਕਾ ਆ ਇਹਦੇ ਵਿੱਚ ਜਿੱਥੋਂ ਕਿਤੋਂ ਵੀ ਤੁਸੀਂ ਆ ਸਕਦੇ ਹੋ ਭਰ ਕੇ ਟਰਾਲੀਆਂ ਜਿੱਦਾਂ ਵੀ ਤੁਸੀਂ ਪਹੁੰਚ ਸਕਦੇ ਹੋ ਪਹੁੰਚੋ ਸਾਡਾ ਮਤਲਬ ਆ ਇੱਕ ਸਰਕਾਰ ਜਿਹੜੀ ਆਪਣੀ ਸਰਕਾਰ ਆ ਇਹਦੇ ਕੰਨਾਂ 'ਚ ਗੱਲ ਪਾਉਣੀ ਇੱਥੋਂ ਸੈਂਟਰ ਦੇ ਕੰਨਾਂ 'ਚ ਗੱਲ ਪਾਉਣੀ ਸੰਦੀਪ ਬਰਾੜ ਜੋਰਡਨ ਸੰਧੂ ਔਰ ਬਹੁਤ ਸਾਰੇ ਮੇਰੇ ਭਰਾ ਹੋਰ ਵੀ ਪਹੁੰਚ ਰਹੇ ਆ ਮੈਨੂੰ ਨਾ ਜਦੋਂ ਲੱਖੇ ਸਧਾਣੇ ਵੀਰ ਹੁਣੀ ਆ ਰਹੇ ਆ ਔਰ ਹੁਮ ਹੁਮ ਆ ਕੇ ਜੋਗਰਾਜ ਸਿੰਘ ਜੀ ਹੁਣਾਂ ਨਾਲ ਸਾਡਾ ਕੰਟੈਕਟ ਹੋ ਰਿਹਾ ਆ ਸਾਰੇ ਮੀਡੀਆ ਨੂੰ ਮੈਂ ਅਪੀਲ ਕਰਦਾ ਕਿ ਸਾਰਾ ਮੀਡੀਆ ਇੱਥੇ ਆਓ ਜਿਹੜਾ ਕਿ ਉਹ ਸਿਰਫ ਬਾਲੀਵੁੱਡ ਨੂੰ ਦਿਖਾ ਰਿਹਾ ਆ ਬਾਲੀਵੁੱਡ ਦੀ ਉਹਨਾਂ
ਕੀਤਾ ਔਰ ਕਿਸਾਨ ਹੋਣ ਦਾ ਫਰਜ਼ ਨਿਭਾ ਰਿਹਾ ਗਰਾਊਂਡ ਲੈਵਲ ਤੇ ਆ ਕੇ ਇਹ ਚ ਕੋਈ ਵਡਿਆਈ ਵਾਲੀ ਗੱਲ ਨਹੀਂ ਕਿਉਂਕਿ ਸਾਰਿਆਂ ਦਾ ਫਰਜ਼ ਬਣਦਾ ਜੇ ਅਸੀਂ ਪੰਜਾਬ ਦੇ ਵਿੱਚ ਗਾਉਂਦੇ ਹਾਂ ਪੰਜਾਬ ਦੇ ਵਿੱਚ ਪ੍ਰੋਗਰਾਮ ਕਰਦੇ ਹਾਂ ਤਾਂ ਸਾਡਾ ਫਰਜ਼ ਬਣਦਾ ਅੱਜ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੀਏ ਸੋ ਕੱਲ੍ਹ ਨੂੰ 11 ਵਜੇ ਸਵੇਰੇ ਜਾਣੀ ਕਿ ਅਸੀਂ 10 ਵਜੇ ਇੱਥੇ ਸ਼ੁਰੂ ਕਰ ਦੇਣਾ ਸਾਡੇ ਬਜ਼ੁਰਗਾਂ ਨੂੰ ਸਾਡੇ ਜਿਹੜੇ ਪਿਤਾ ਸਮਾਨ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਕਈ ਵਾਰੀ ਨਹੀਂ ਪਤਾ ਲੱਗਦਾ ਆਪਣੇ ਪਿੰਡਾਂ 'ਚ ਅਨਾਊਂਸਮੈਂਟ ਕਰਾਓ ਉਹਨਾਂ ਨੂੰ ਦੱਸੋ ਤੇ ਆਓ ਇੱਥੇ ਮਾਝੇ ਦੇ ਵਿੱਚ ਵੀ ਇਸ ਲਹਿਰ ਨੂੰ ਇੱਕ ਬੁਲੰਦ ਕਰੀਏ ਤੇ ਇਸ ਤੋਂ ਬਾਅਦ ਜਿਹੜਾ ਆ ਦਿੱਲੀ ਵੱਲ ਨੂੰ ਆਪਾਂ ਕੂਚ ਕਰਾਂਗੇ ਵੱਡੇ ਲੈਵਲ ਤੇ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਕੱਲ੍ਹ ਆਓ ਸਾਰੇ ਤੇ ਰਲ ਮਿਲ ਕੇ ਆਪਾਂ ਜਿਹੜਾ ਇਹਨਾਂ ਬਿੱਲਾਂ ਦਾ ਵਿਰੋਧ ਕਰੀਏ ਤੇ ਇੱਕ ਵਾਰੀ ਫਿਰ ਪੰਜਾਬ ਦੀ ਆਵਾਜ਼ ਜਿਹੜੀ ਆ ਪੰਜਾਬ ਦੇ ਲੋਕਾਂ ਦੀ ਜ਼ਮੀਰ ਆ ਜਿਹੜੀ ਅਣਖ ਆ ਜਿਹੜੀ ਜਿਹਦੇ ਕਰਕੇ ਪੰਜਾਬੀ ਜਾਣੇ ਜਾਂਦੇ ਆ ਉਹਦਾ ਸਬੂਤ ਦੇ ਸਤਿ ਸ਼੍ਰੀ ਅਕਾਲ।